parlé du Parlement, de la 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 ਮੇਰੇ ਨਾਲ ਰਿਸ਼ੇ ਦਾ ਗੱਲ ਪਤਾ ਨਹੀਂ ਅਸੀਂ ਆਪਣੇ ਘਰ ਹੀ ਕੋਈ ਫੋਨ ਫਾਨ ਤਾਂ ਆਇਆ ਨਹੀਂ ਕੋਈ ਕੱਖ ਨਹੀਂ ਇਹਾਂ ਕਦੇ ਲੜਾਈ ਲੜੂਈ ਵੀ ਹੁੰਦੀ ਨਹੀਂ ਹੋਈ ਤਾਂ ਨਹੀਂ ਇਹਨੇ ਸੁਣਾਇਆ ਸੀਗੀ ਆਪਣਾ ਕੋਈ ਲੜਾਈ ਲੜੂਈ ਹੋਵੇ ਇਹ ਫੋਨ ਆਇਆ ਹੈ ਰਾਤੀ 10 ਵਜੇ ਫੋਨ ਮੈਂ ਚੁੱਕੀ ਵੀ ਲਿਆ ਪਰ ਉਹਨੂੰ ਗੱਲ ਕੋਈ ਨਹੀਂ ਕੀਤੀ ਗਈ ਮੇਰੇ ਗੱਲ ਮੈਂ ਵੱਡੀ ਭੈਣ ਉਹਦੀ ਨਹੀਂ ਨਹੀਂ ਨਾ ਨਾ ਕਦੇ ਨਹੀਂ ਸੁਣਾਇਆ ਉਹਨੂੰ ਨਾ ਕੀ ਮੰਗ ਕਰਕੇ ਇਨਸਾਫ ਹੋਵੇ ਤਾਂ ਜੇ ਕੁਛ ਮਾਰੀ ਦੀ ਵੇ ਤਾਂ ਇਨਸਾਫ ਚਾਹੀਦਾ ਤੇ ਇਹ ਜੇ ਬਣਾ ਇਹ ਹੋਵੇਗਾ ਤਾਂ ਫਿਰ ਕੀ ਇਨਸਾਫ ਚਾਹੀਦਾ ਸਰ ਵਾਕਿਆ ਤੇ ਜੰਗਲੋਟ ਗ੍ਰਾਂ ਦੇ ਵਿੱਚ ਹੋਇਆ ਮੈਂ ਇਹ ਗੱਲ ਜ਼ਰੂਰ ਆਖਗਾ ਜਿਹੜਾ ਵਾਕਿਆ ਹੋਇਆ ਕੰਡੈੜੀ ਪੰਚਾਇਤ ਦੇ ਵਿੱਚ ਹੋਇਆ ਉੱਥੇ ਮੇਰੇ ਗ੍ਰਾਂ ਦੀ ਇੱਕ ਬੇਟੀ ਬੋਈ ਦੀ ਸੀ ਗੁੱਜਰ ਸਮੁਦਾਇ ਦੀ ਸੀ ਵਿਚਾਰੇ ਦੀ ਅਸਤੀ ਮੈਂ ਇਹ ਗੱਲ ਆਖਣਾ ਚਾਹੁੰਦਾ ਉਹ ਬੜੇ ਚਿਰੇ ਦੀ ਬੋਈ ਦੀ ਸੀ ਰਹਿੰਦੀ ਵੀ ਠੀਕ ਹੀ ਉਹ ਲੋਕ ਆਖਿਆ ਪਰ ਰਹਿੰਦੀ ਵੀ ਠੀਕ ਹੀ ਕੋਈ ਐਸੀ ਗੱਲਬਾਤ ਨਹੀਂ ਹੈ ਇਹ ਮਗਰ ਜਿਹੜੀ ਫਾਹ ਲੱਗੀ ਆ ਉਹਦੀ ਵਜ੍ਹਾ ਲੱਗਾ ਦੀ ਵੇ ਫਾਹ ਲੱਗੀ 5-6 ਫੁੱਟ ਦਰਵਾਜ਼ਾ 5 ਫੁੱਟ 3 ਇੰਚ ਨੁਹਾੜਾ ਆਪਣੀ ਕੁੜੀ ਦੇ ਲੰਬਾਈ ਹੈ ਕੁੜੀ ਦੀ ਅਤੇ ਫਾਹ ਤਾਂ ਨਹੀਂ ਲੱਗੀ ਸਕਦੀ ਮੈਂ ਇਹ ਗੱਲ ਆਖਣਾ ਚਾਹੁੰਦਾ ਅਗਰ ਇੰਨਾ ਦੇ ਫੁੱਟ ਫਾਹ ਲੱਗਦੀ ਕੁੜੀ ਦੇ ਪੈਰਾਂ 'ਚ ਚੱਪਲਾਂ ਵੀ ਲੱਗਦੀਆਂ ਆਖਾ ਦੇਣ ਮੈਂ ਇਹ ਗੱਲ ਚਾਹੁੰਦਾ ਵੀ ਚੱਪਲਾਂ ਫਾਹ ਲੱਗਣੇ ਕਹਿੰਦਾ ਚੱਪਲਾਂ ਨਹੀਂ ਦੇ ਸਕਦੀਆਂ ਪੈਰਾਂ 'ਚ ਅਗਰ ਫਾਹ ਲੱਗੀ ਦੀ ਹੁੰਦੀ ਤਾਂ ਚੱਪਲਾਂ ਉਹਨਾਂ ਦੀ ਖੁੱਲ੍ਹੀ ਦੀ ਹੋਣੀ ਹਾਂ ਫਾਹ ਲਾਈ ਦਿੱਤੀ ਗਈ ਆ ਤਾਂ ਹੀ ਚੱਪਲਾਂ ਉਹਨਾਂ ਪੈਰਾਂ 'ਚ ਲੱਗੀ ਦੀਆਂ ਨੇ ਅਦਰਵਾਈਜ਼ ਇਹ ਚੱਪਲਾਂ ਨਹੀਂ ਲੱਗੀ ਸਕਦੀਆਂ ਹਨ ਮੈਂ ਇਹ ਗੱਲ ਜ਼ਰੂਰ ਆਖਗਾ ਐਡਮਿਨਿਸਟ੍ਰੇਸ਼ਨ ਵੀ ਆਖਣਾ ਚਾਹੁੰਦਾ ਇਹਦੀ ਜਾਂਚ ਹੋਣੀ ਚਾਹੀਦੀ ਅੱਛੇ ਤਰੀਕੇ ਨਾਲ ਜਾਂਚ ਹੋਣੀ ਚਾਹੀਦੀ ਇਹਦੇ ਕੋਈ ਬੰਦੇ ਕੀ ਬਖਸ਼ਾ ਨਹੀਂ ਦਿੱਤਾ ਜਾਣਾ ਚਾਹੀਦਾ ਕੱਲ੍ਹ ਕਲੋਤਰ ਕੋਈ ਐਸਾ ਦੁਬਾਰਾ ਕੋਈ ਐਸਾ ਇੰਸੀਡੈਂਟ ਨਹੀਂ ਹੋਣਾ ਚਾਹੀਦਾ ਇਹ ਰਾਤੀ ਦਾ ਹੋਇਆ ਜਿਵੇਂ ਇਹ ਬੰਦੇ ਆਖਾ ਦੇਣ ਵੀ ਸਾਨੂੰ 2 ਵਜੇ ਫੋਨ ਆਇਆ 3 ਵਜੇ ਅਸੀਂ ਆਏ ਹਾਂ ਅਤੇ ਬਾਥਰੂਮ ਦੇ ਵਿੱਚ ਡੈਡ ਬਾਡੀ ਪਈ ਸੀ ਮੈਂ ਇਹ ਗੱਲ ਆਖਣਾ ਚਾਹੁੰਦਾ ਬਾਥਰੂਮ 'ਚ ਡੈਡ ਬਾਡੀ ਪਈ ਸੀ ਜੇ ਉਹ ਤੁਸੀਂ ਦੁੱਖ ਵੀ ਕੋਈ ਨਹੀਂ ਤਕਲੀਫ ਵੀ ਕੋਈ ਨਹੀਂ ਤਾਂ ਕੋਈ ਫਾਹ ਦੀਆਂ ਲੱਗਦਾ ਨਹੀਂ ਹੈ ਜਿੰਨੇ ਚਿਰ ਕੋਈ ਦੁੱਖ ਜਾਂ ਤਕਲੀਫ ਨਹੀਂ ਹੋਇਆ ਜਾਂ ਘਰੇ ਦਾ ਕੋਈ ਦੁੱਖ ਹੋਇਆ ਜਾਂ ਘਰੇ ਵਾਲਾ ਕੀ ਸ਼ਾਖਦਾ ਵੈ ਜਾਂ ਸੱਸ ਕੀ ਸ਼ਾਖਦੀ ਹੋਇਆ ਜਾਂ ਸਹੁਰਾ ਕੀ ਸ਼ਾਖਦਾ ਵੈ ਤਾਂ ਤਾਂਹੀਆਂ ਬੰਦਾ ਫਾਹ ਲੱਗੀ ਸਕਦਾ ਅਦਰਵਾਈਜ਼ ਫਾਹ ਜਾਂ ਕੋਈ ਨਹੀਂ ਲੱਗਦਾ ਵੀ ਹੁਣ ਮਿਗੀ ਕੋਈ ਬਿਮਾਰੀ ਨਹੀਂ ਹੈ ਮੈਂ ਘਰੇ 'ਚ ਵੀ ਠੀਕ ਹੈ ਮੀ ਘਰੇ ਵਾਲਾ ਵੀ ਕੋਈ ਦੁੱਖ ਨਹੀਂ ਹੈ ਅਤੇ ਮੈਂ ਜ਼ਰੂਰੀ ਕਿਹਾ ਟ੍ਰੇਨਾਂ ਥੱਲਾ ਜਾਂ ਮਰਗਾ ਮੇਰੀ ਵਜ੍ਹਾ ਗਈ ਉਹਨਾਂ ਦਾ ਮੀ ਦੁੱਖ ਗਿਆ ਮੀ ਘਰ ਵਾਲੇ ਖਾਣੇ ਦਿਆ ਦੇ ਲਾਣੇ ਦਿਆ ਦੇ ਸਭ ਕੁਛ ਦਿਆ ਦੇ ਅਤੇ ਫਿਰ ਮੈਂ ਟ੍ਰੇਨਾਂ ਥੱਲੇ ਮਾਰਾਂ ਜਾਂ ਫਾਹ ਲੱਗੀ ਮਾਰਾਂ ਐਸੀ ਤਾਂ ਕੋਈ ਵਜ੍ਹਾ ਨਹੀਂ ਬਣੀ ਸਕਦੀ ਹੈ ਅਤੇ ਮੈਂ ਇਸ ਕਾਰਨ ਆਖਣਾ ਫਾਹ ਲੱਗੀ ਨਹੀਂ ਆ ਲਾਈ ਇਹਦੀ ਹੈ ਇੰਨੀ ਆ ਜਾਂਚ ਦੇਖਣਾ ਉਹਦੀ ਜਾਂਚ ਕੀਤੀ ਜਾ 5-6 ਫੁੱਟ ਦਰਵਾਜ਼ਾ ਆ 5 ਫੁੱਟ 3 ਇੰਚ ਹੈਟ ਹੈ ਅਤੇ ਜੇ ਫਾਹ ਲੱਗੀ ਤਾਂ ਉਹਨਾਂ ਦੀ ਚੱਪਲੀਆਂ ਪੈਰਾਂ ਨਹੀਂ ਲਾਉਣੀ ਚਾਹੀਦੀਆਂ ਚੱਪਲੀਆਂ ਖੁੱਲ੍ਹਣੀ ਚਾਹੀਦੀ ਇਹ ਆਖਦਾ ਯਾਰ।